ਭਾਰੀ ਮੀਂਹ ਦਾ ਕਹਿਰ, ਛੱਤ ਡਿੱਗਣ ਨਾਲ ਪਰਿਵਾਰ ਦੇ 7 ਮੈਂਬਰ ਜ਼ਖਮੀ। ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਚਲਦਿਆਂ ਕਪੂਰਥਲਾ ਵਿੱਚ ਸੌਂ ਰਹੇ ਇੱਕ ਪਰਿਵਾਰ ਦੇ ਲੋਕਾਂ ਦੇ ਛੱਤ ਡਿੱਗਣ ਨਾਲ 7 ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਪੀੜਿਤ ਪਰਿਵਾਰ ਦਾ ਮੁਖੀ ਰਿਕਸ਼ਾ ਚਾਲਕ ਹੈ। ਉਸ ਨੇ ਸਰਕਾਰ ਨੂੰ ਮਦਦ ਬਾਰੇ ਕਿਹਾ ਹੈ। ਨਾ ਅੰਕਲ ਜੀ, ਤੁਹਾਡਾ ਇਹ ਤੁਸੀਂ ਵੀ ਅੰਦਰ ਸੁੱਤੇ ਪਏ ਸੀ? ਅੱਛਾ, ਕੌਣ ਕੌਣ ਸੀਗੇ ਅੰਦਰ? ਵੱਡਾ ਲੜਕਾ, ਵੱਡੀ ਨੂੰਹ ਤੇ 5 ਬੱਚੇ। ਅੱਛਾ ਜੀ, 2 ਬੱਚੇ ਦੇ ਮਾਰੀ ਗਏ ਜੀ, ਵਿੱਚ ਥੱਲਿਆ। ਬਾਰਿਸ਼ ਦੇ ਨਾਲ ਹੀ ਹੋਇਆ? ਬਾਰਿਸ਼ ਦੇ ਨਾਲ। ਮਕਾਨ ਪੁਰਾਣੀਆਂ ਬਾਲੇ ਸੀ, ਪੁਰਾਣੀਆਂ। ਅਤੇ ਕਿੱਦਾਂ ਫਿਰ ਜਿਹੜੇ ਥੱਲੇ ਦੱਬ ਗਏ ਨੂੰ ਕਿੱਦਾਂ ਕੱਢਿਆ ਗਿਆ ਬਾਹਰ? ਉਹ ਮਹਾਰਾਜ ਮੁਹੱਲੇ ਵਾਲਿਆਂ ਨੇ ਰਲ ਮਿਲ ਕੇ ਚਫੇ ਕੱਢੇ, ਕਈਆਂ ਲੈ ਕੇ ਮਿੱਟੀ ਢਾਈ ਵਿੱਚੋਂ ਵੀ ਕਿਸੇ ਬੱਚੇ ਦੇ ਨਾ ਲੱਗੇ। ਫੇਰ ਕੱਢੇ, ਬੜੀ ਮੁਸ਼ਕਿਲ ਕੱਢੇ। ਮਿੰਟ ਦਿਸਦਾ ਨਹੀਂ ਜੀ, ਮੁੰਡਿਆਂ ਨੇ ਕੱਢੇ, ਵੱਡੇ ਮੇਰੇ ਛੋਟੇ ਮੁੰਡੇ ਨੇ ਬਹੁਤ ਮਦਦ ਕੱਢੇ। ਤੁਸੀਂ ਵੀ ਅੰਦਰ ਸੁੱਤੇ ਪਏ ਸੀ? ਕਿੱਦਾਂ ਹੋਈ ਪੂਰੀ ਗੱਲ? ਪਰ ਸੁੱਤੇ ਪਏ, ਰੋਟੀ ਪਾਣੀ ਖਾ ਕੇ ਅਸੀਂ ਸੌ ਗਏ ਸੀ। ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ ਸਾਡੇ ਉੱਤੇ ਕਦੋਂ ਛੱਤ ਆਣ ਕੇ ਡਿੱਗੀ, ਕਿਸੇ ਨੂੰ ਨਹੀਂ ਪਤਾ ਸੀ। ਜਦੋਂ ਅਸੀਂ ਉੱਠ ਕੇ ਦੇਖਿਆ ਤੇ ਮੈਂ ਪਹਿਲਾਂ ਉੱਠੀ, ਦੇਖਿਆ ਸਾਰੇ ਡਿੱਗਿਆ ਪਿਆ, ਤੇ ਡੈਡੀ ਤੇ ਉਹ ਡਿੱਗਿਆ ਪਿਆ ਬੰਨਾ ਆ, ਉਹਨਾਂ ਦੇ ਅੱਖ ਤੇ ਸੜ ਲੱਗੀ ਤੇ ਉਹ ਕੱਢਣ ਦੀ ਕੋਸ਼ਿਸ਼ ਕਰਨ ਦੇ ਸੀ ਤੇ ਇੱਕਦਮ ਲੱਤ ਉਹਨਾਂ ਦੀ ਮਿੱਟੀ ਵਿੱਚ ਫਸ ਗਈ ਸੀ। ਤਾਂ ਫਿਰ ਮੈਂ ਬੜੀ, ਕਿਸੇ ਚਾਚਾ ਹੁਣ ਵੀ ਨਾਲ ਕਢਵਾਉਂਦੇ ਸੀ, ਸਾਰੇ ਰੌਲਾ ਪਾਉਂਦੇ ਸੀ ਘਰ ਦੇ,